ਹਾਂਜੀ ਗੁੱਡ ਮਾਰਨਿੰਗ ਸਟੂਡੈਂਟਸ ਸੋ ਅੱਜ ਦੇ ਲੈਕਚਰ ਚ ਆਪਾਂ ਨੈਕਸਟ ਟੂਲ ਆਪਣਾ ਸਟੱਡੀ ਕਰਨਾ ਹੈ ਜਿਹੜਾ ਹੈਗਾ ਜੀ ਸਪੈਨਰ ਐਂਡ ਰੈਂਚਸ ਸਪੈਨਰਸ ਐਂਡ ਰੈਂਚਸ ਠੀਕ ਹੈ ਹਾਲੇ ਤੱਕ ਆਪਾਂ ਸਕਰੂ ਡਰਾਇਵਰਸ ਪਲਾਇਰਸ ਫਾਈਲਸ ਬਾਰੇ ਸਟੱਡੀ ਕੀਤਾ ਸੀ ਸੋ ਅੱਜ ਦਾ ਜਿਹੜਾ ਟੂਲ ਹੈਗਾ ਉਹ ਹੈਗਾ ਸਪੈਨਰ ਐਂਡ ਰੈਂਚਸ ਐਂਡ ਹੈਮਰਸ ਠੀਕ ਹੈ ਸੋ ਦੋ ਟੂਲ ਅੱਜ ਸਟੱਡੀ ਕਰਾਂਗੇ ਸੋ ਜਦੋਂ ਵੀ ਤੁਹਾਨੂੰ ਗੈਰੇਜ equipment ਦੇ exam ਦੇ ਵਿੱਚ ਕੋਈ ਕੁਐਸਚਨ ਆਂਦਾ ਆ ਇਸ ਟੂਲ ਦੇ ਰਿਗਾਰਡਿੰਗ ਤੁਸੀਂ ਸਭ ਤੋਂ ਪਹਿਲਾਂ ਲਿਖਣੀ ਆ ਸਪੈਨਰ ਦੀ ਡੈਫੀਨੇਸ਼ਨ ਠੀਕ ਹੈ ਜੀ ਉਸ ਦੀ ਇੱਕ ਡਾਇਗਰਾਮ ਬਣਾਣੀ ਆ ਕੁਝ ਇਸ ਤਰ੍ਹਾਂ ਜੀ ਜਿਹਦੇ ਵਿੱਚ ਉਸ ਟੂਲ ਦੇ ਜਿਹੜੇ ਪਾਰਟਸ ਆ ਉਹੋ ਦਿਖਾਏ ਗਏ ਹੋਣ ਠੀਕ ਆ ਜਿਸ ਤਰ੍ਹਾਂ ਤੁਹਾਡਾ ਸਪੈਨਰ ਆਏ ਤਾਂ ਕਿਹੜਾ ਕਿਹੜਾ ਪਾਰਟ ਦਾ ਕੀ ਨਾਮ ਹੈ ਇੱਕ ਇਸ ਤਰ੍ਹਾਂ ਦੀ ਡਾਇਗਰਾਮ ਉਸ ਤੋਂ ਬਾਅਦ ਅਗਰ 10 ਨੰਬਰ ਦਾ ਕੁਐਸਚਨ ਆ ਤੇ ਤੁਸੀਂ ਉਹਦੇ ਵਿੱਚ ਉਹਦੇ ਡਿਫਰੈਂਟ ਟਾਈਪਸ ਨੂੰ ਐਕਸਪਲੇਨ ਕਰਨਾ ਠੀਕ ਆ ਸੋ ਯਾਦ ਰੱਖਣਾ ਸਭ ਤੋਂ ਪਹਿਲਾਂ ਅਗਰ ਮੰਨ ਲਓ ਤੁਹਾਨੂੰ ਕੁਐਸਚਨ ਆ ਜਾਂਦਾ ਸਪੈਨਰ ਦਾ ਠੀਕ ਆ ਸਪੈਨਰ ਦਾ ਕੁਐਸਚਨ ਕਾਫੀ ਇੰਪੋਰਟੈਂਟ ਆ ਕਾਫੀ ਵਾਰ ਐਗਜ਼ਾਮ ਚ ਆਇਆ ਹੋਇਆ ਆ ਤਾਂ ਤੁਸੀਂ ਲਿਖਣਾ ਆ ਸਭ ਤੋਂ ਪਹਿਲਾਂ ਸਪੈਨਰ ਦੀ ਡੈਫੀਨੇਸ਼ਨ ਠੀਕ ਹੈ ਡੈਫੀਨੇਸ਼ਨ ਤੋਂ ਬਾਅਦ ਉਹ ਕਿਹੜੇ ਮਟੀਰੀਅਲ ਤੋਂ ਬਣਿਆ ਹੋਇਆ ਆ ਠੀਕ ਹੈ ਉਸ ਤੋਂ ਬਾਅਦ ਆਹ ਡਾਇਗਰਾਮ ਕੁਝ ਇਸ ਤਰ੍ਹਾਂ ਦੀ ਡਾਇਗਰਾਮ ਐਂਡ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਉਹਦੀਆਂ ਟਾਈਪਸ ਐਕਸਪਲੇਨ ਕਰਨੀਆਂ ਫੋਰ ਐਗਜ਼ਾਮਪਲ ਸਪੈਨਰ ਦੀਆਂ ਜੇ 10 15 ਟਾਈਪਸ ਹੈਗੀਆਂ ਆ ਅਲੱਗ-ਅਲੱਗ ਡਿਫਰੈਂਟ ਤਰ੍ਹਾਂ ਦੇ ਸਪੈਨਰਸ ਹੈਗੇ ਆ ਉਹਦੇ ਵਿੱਚੋਂ ਤੁਸੀਂ 4-5 ਜਿਹੜੀਆਂ ਮੇਨ ਟਾਈਪਸ ਹੈਗੀਆਂ ਉਹ ਐਕਸਪਲੇਨ ਕਰ ਦੇਣੀ ਆ ਠੀਕ ਹੈ ਸੋ ਏਸੀ ਤਰ੍ਹਾਂ ਅਗਰ ਹੈਮਰ ਦਾ ਕੁਐਸਚਨ ਆਂਦਾ ਏਸੀ ਤਰ੍ਹਾਂ ਅਗਰ ਸਕਰੂ ਡ੍ਰਾਈਵਰ ਦਾ ਕੁਐਸਚਨ ਆਂਦਾ ਤਾਂ ਸੇਮ ਪ੍ਰੋਸੀਜਰ ਰਿਪੀਟ ਕਰਨਾ ਠੀਕ ਹੈ ਜੀ ਸੋ ਸਭ ਤੋਂ ਪਹਿਲਾ ਹੈਗਾ ਜੀ ਤੁਹਾਡਾ ਸਪੈਨਰ ਕੀ ਹੈਗਾ ਸਪੈਨਰ ਕਾਦੇ ਲਈ ਯੂਜ਼ ਹੁੰਦੇ ਆ ਠੀਕ ਹੈ ਸਾਰਿਆਂ ਨੇ ਦੇਖਿਆ ਹੁਣ ਆਪਾਂ ਇਹਨਾਂ ਨੂੰ ਚਾਬੀ ਵੀ ਕਹ ਦਿੰਦੇ ਆ ਸੌਰੀ ਪਾਨਾ ਵੀ ਕਹ ਦਿੰਦੇ ਆ ਠੀਕ ਹੈ ਚਾਬੀ ਵੀ ਕਹ ਦਿੰਦੇ ਆ ਸੋ ਸਪੈਨਰਸ ਆਰ ਆਲਸੋ ਕੋਲਡ ਰੈਂਚਸ ਐਂਡ ਯੂਜ਼ਡ ਫੋਰ ਟਾਈਟਨਿੰਗ অর ਲੂਸਨਿੰਗ ਆਫ ਨਟਸ ਐਂਡ ਬੋਲਟਸ ਸੋ ਇਹਨਾਂ ਨੂੰ ਰੈਂਚ ਵੀ ਕਹ ਦਿੰਦੇ ਆ ਤੇ ਕਾਦੇ ਲਈ ਯੂਜ਼ ਹੁੰਦੇ ਆ ਨਟ ਐਂਡ ਬੋਲਟਸ ਨੂੰ ਟਾਈਟ অর ਲੂਸ ਕਰਨ ਦੇ ਦੇ ਆਰ ਮੇਡ ਬਾਈ ਡਰਾਪ ਫੋਰਜਿੰਗ द मटेरियल ऑफ स्पैनर इज अलॉय स्टील और हाई टेंसाइल स्टील और हाई कार्बन स्टील सो डिफरेंट डिफरेंट मटेरियल्स तो बनया हुंदा है सो so, जे नॉर्मल आपा गल करेया जावे नॉर्मल जेडे आपा स्पैनर्स ਘਰਾਂ ਦੇ ਵਿੱਚ ਯੂਜ਼ ਕਰਦੇ ਆ ਠੀਕ ਆ ਕਮਰਸ਼ੀਅਲੀ ਯੂਜ਼ ਕਰਦੇ ਆ ਉਹ ਸਾਰੇ ਸਪੈਨਰਸ ਬਣੇ ਹੁੰਦੇ ਆ अलॉय स्टील और हाई टेंसाइल स्टील ਠੀਕ ਆ ਬਟ ਜਿੱਥੇ ਸਟੌਨ ਸਟਰੈਂਥ ਦੀ ਰਿਕੁਆਇਰਮੈਂਟ ਜ਼ਿਆਦਾ ਹੈ ਜਿੱਥੇ ਜ਼ਿਆਦਾ ਸਟਰੈਂਥ ਚਾਹੀਦੀ ਹੈ ਸਪੈਨਰ ਦੇ ਵਿੱਚ ਫੋਰ ਏਗਜ਼ਾਮਪਲ ਜਿੱਥੇ ਨਟ ਬੋਲਟ ਆਪਾਂ ਵੱਡੇ ਲੂਜ਼ ਜਾਂ ਟਾਈਟ ਕਰਨੇ ਵੱਡੇ ਨਟ ਬੋਲਟ ਜ਼ਿਆਦਾ ਹੁੰਦੇ ਆ ਸਾਈਜ਼ ਦੇ ਉੱਥੇ ਫਿਰ ਆਪਾਂ ਹਾਈ ਕਾਰਬਨ ਸਟੀਲ ਵਾਲੇ ਸਪੈਨਰ ਔਰ ਰੈਂਚਸ ਯੂਜ਼ ਕਰਦੇ ਆ ਠੀਕ ਹੈ ਸੋ ਤਿੰਨ ਤਰ੍ਹਾਂ ਦੇ ਮਟੀਰੀਅਲ ਤੋਂ ਬਣਿਆ ਹੋ ਸਕਦਾ ਹੈ ਅਲੋਇ ਸਟੀਲ ਹਾਈ ਟੈਂਸਾਈਲ ਸਟੀਲ ਔਰ ਹਾਈ ਕਾਰਬਨ ਸਟੀਲ ਤੇ ਬਣਦਾ ਕਿਸ ਤਰ੍ਹਾਂ ਮੇਡ ਬਾਈ ਡਰਾਪ ਫੋਰਜਿੰਗ ਠੀਕ ਹੈ ਡਰਾਪ ਫੋਰਜਿੰਗ ਕੀ ਹੁੰਦੀ ਆ ਹੈਮਰ ਦੇ ਨਾਲ ਠੀਕ ਆ ਵੱਡੇ ਵੱਡੇ ਹੈਮਰ ਆ ਆਪਾਂ ਇਹ ਹਾਈ ਕਾਰਬਨ ਸਟੀਲ ਨੂੰ ਗਰਮ ਕਰਕੇ ਬਿਲਕੁਲ ਉਹਨੂੰ ਇਹ ਲਾਲ ਕਰਕੇ ਗਰਮ ਕਰਕੇ ਹੈਮਰ ਦੇ نیچے ਰੱਖ ਦੇਣਾ ਆ ਠੀਕ ਆ ਉਥੇ ਕੈਵਿਟੀ ਬਣੀ ਹੁੰਦੀ ਆ ਸ਼ੇਪ ਦੇ ਅਕੋਰਡਿੰਗ ਤੇ ਉੱਪਰੋਂ ਹੈਮਰ ਚਲਾ ਦੇਣਾ ਬਾਰ ਬਾਰ ਸੱਟ ਮਾਰਨੀ ਹੈਮਰ ਦੇ ਨਾਲ ਉਥੇ ਉਹਦੇ ਨਾਲ ਮਟੀਰੀਅਲ ਤਿਆਰ ਹੋ ਜਾਂਦਾ ਉਹਨੂੰ ਫੋਰਜਿੰਗ ਕਹਿੰਦੇ ਆ ਠੀਕ ਆ ਸੋ ਫੋਰਜਿੰਗ ਦੇ ਹੈਲਪ ਦੇ ਨਾਲ ਇਹ ਸਪੈਨਰਜ਼ ਤਿਆਰ ਹੁੰਦੇ ਆ ਹੁਣ ਜੇ ਇਹ ਗੱਲ ਕਰਿਆ ਜਾਵੇ ਆਪਣੀ ਜਿਹੜੀ ਜਲੰਧਰ ਸਿਟੀ ਹੈਗੀ ਆ ਪੂਰੇ ਵਰਲਡ ਦੇ ਵਿੱਚ ਹੈਂਡ ਟੂਲਸ ਦੇ ਲਈ ਮਸ਼ਹੂਰ ਆ ਠੀਕ ਆ ਅਪਰੋਕਸੀਮੇਟਲੀ ਪੂਰੇ ਵਰਲਡ ਦਾ 20 ਤੋਂ 30% ਜਿਹੜਾ ਹੈਂਡ ਟੂਲ ਆ ਉਹ ਜਲੰਧਰ 'ਚ ਬਣਦਾ ਹੈ ਠੀਕ ਆ ਜਿਨ੍ਹਾਂ ਦੇ ਵਿੱਚ ਕਈ ਮਸ਼ਹੂਰ ਇੰਡਸਟਰੀਆਂ ਵੀ ਹੈਗੀਆਂ ਜਿੱਥੇ ਸਪੈਨਰ ਸਪੈਸ਼ਲੀ ਸਪੈਨਰਸ ਹੀ ਬਣਦੇ ਆ ਜਿਸ ਤਰ੍ਹਾਂ ਐਚ ਆਰ ਇੰਟਰਨੈਸ਼ਨਲ ਵਿਕਟਰ ਟੂਲਸ ਜੀ ਵੀ ਟੂਲਸ ਇਹ ਜਲੰਧਰ ਦੀਆਂ ਕੁਝ ਮਸ਼ਹੂਰ ਇੰਡਸਟਰੀਆਂ ਆ ਜਿੱਥੇ ਸਪੈਨਰਸ ਤੇ ਰੈਂਚਸ ਬਣਦੇ ਹੈਂਡ ਟੂਲਸ ਬੇਸਿਕਲੀ ਬਣਦੇ ਆ ਠੀਕ ਆ ਸੋ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੀ ਡਿਫਰੈਂਟ ਡਿਫਰੈਂਟ ਟਾਈਪਸ ਦੀ ਸਪੈਨਰ ਦੀ ਹਾਂਜੀ ਸੋ ਅਗਰ ਆਪਾਂ ਹੁਣ ਗੱਲ ਕਰੀਏ ਟਾਈਪਸ ਆਫ ਸਪੈਨਰਾਂ ਦੀ ਤੇ ਆ ਕੁਝ ਟਾਈਪਸ ਹੈਗੀਆਂ ਸਪੈਨਰ ਦੀਆਂ ਸਭ ਤੋਂ ਪਹਿਲਾਂ ਹੈਗਾ ਓਪਨ ਐਂਡ ਔਰ ਸਿੰਗਲ ਐਂਡ ਸਪੈਨਰ ਡਬਲ ਐਂਡ ਸਪੈਨਰ ਰਿੰਗ ਸਪੈਨਰ ਸੌਕੇਟ ਬਾਕਸ ਸਪੈਨਰ ਠੀਕ ਹੈ ਬਟ ਇਹ ਟਾਈਪਸ ਕਰਨ ਤੋਂ ਪਹਿਲਾਂ ਆਪਾਂ ਬ੍ਰੌਡਲੀ ਤਿੰਨ ਟਾਈਪ ਦੇ ਸਪੈਨਰਸ ਦੀ ਗੱਲ ਕਰਨੀ ਆ ਠੀਕ ਹੈ ਸਭ ਤੋਂ ਪਹਿਲਾਂ ਹੁੰਦਾ ਜੀ ਓਪਨ ਐਂਡ ਸਪੈਨਰ ਠੀਕ ਹੈ ਹੁਣ ਆਪਾਂ ਟਾਈਪਸ ਦੀ ਗੱਲ ਕਰਦੇ ਆਂ ਸਭ ਤੋਂ ਜਿਹੜੀਆਂ ਮੇਨ ਤਿੰਨ ਟਾਈਪਸ ਆ ਓਪਨ ਐਂਡ ਸਪੈਨਰ ਰਿੰਗ ਸਪੈਨਰ ਐਂਡ ਕੰਬੀਨੇਸ਼ਨ ਸਪੈਨਰ ਇਹ ਤਿੰਨਾਂ ਤੋਂ ਅੱਗੇ ਬਾਕੀ ਸਾਰੀਆਂ ਕੈਟਾਗਰੀਜ਼ ਬਣੀਆਂ ਹੋਈਆਂ ਠੀਕ ਹੈ ਮਤਲਬ ਮੇਨ ਜਿਹੜੀਆਂ ਤਿੰਨ ਕੈਟਾਗਰੀਜ਼ ਦੀ ਹੈ ਯਾਦ ਰੱਖਣਾ ਹੈ ਅਗਰ ਸਪੈਨਰ ਦਾ ਕੁਐਸਚਨ ਆ ਜਾਂਦਾ ਹੈ ਤਾਂ ਤੁਸੀਂ ਮੇਨ ਤਿੰਨ ਕੈਟਾਗਰੀਜ਼ ਐਕਸਪਲੇਨ ਕਰਨੀਆਂ ਟਾਈਪਸ ਐਕਸਪਲੇਨ ਕਰਨੀਆਂ ਸਪੈਨਰ ਦੀਆਂ ਫਰਸਟ ਇਜ਼ ਓਪਨ ਐਂਡ ਸਪੈਨਰ ਸੈਕੰਡ ਇਜ਼ ਰਿੰਗ ਸਪੈਨਰ ਐਂਡ ਥਰਡ ਇਜ਼ ਕੰਬੀਨੇਸ਼ਨ ਸਪੈਨਰ ਠੀਕ ਹੈ ਹੁਣ ਫਰਕ ਕੀ ਆ ਸਾਰਿਆਂ ਦੇ ਵਿੱਚ ਆਪਾਂ ਹੁਣ ਸਾਰੀਆਂ ਟਾਈਪਸ ਕਰਦੇ ਹਾਂ ਠੀਕ ਹੈ ਜੀ ਆ ਹੈਗਾ ਜੀ ਤੁਹਾਡਾ ਫਰਸਟ ਓਪਨ ਐਂਡ ਸਪੈਨਰ ਠੀਕ ਹੈ ਥਿਸ ਇਜ਼ ਓਪਨ ਐਂਡ ਸਪੈਨਰ ਜਿਹਦੀਆਂ ਦੋਨੋਂ ਸਾਈਡ ਤੇ ਜਿਹੜਾ ਮਾਉਥ ਹੈਗਾ ਆ ਚਾਬੀ ਦਾ ਸਪੈਨਰ ਦਾ ਓਪਨ ਠੀਕ ਹੈ ਇਹ ਹੋ ਗਿਆ ਤੁਹਾਡਾ ਓਪਨ ਐਂਡ ਸਪੈਨਰ ਇਨ ਥੀਸ ਟਾਈਪਸ ਆਫ ਸਪੈਨਰਸ ਓਨਲੀ ਵਨ ਐਂਡ ਇਜ਼ ਓਪਨ ਇਨ ਵਿਚ ਨਟ অর ਬੋਲਟ ਹੈਡ ਇਜ਼ ਗ੍ਰਿਪਟ ਟੂ ਲੂਸ ਟੂ ਟਾਈਟ ਇਟ ਇਟ ਇਜ਼ ਆਲਸੋ ਨੋਨ ਐਸ ਸਿੰਗਲ ਹੈਂਡ ਸਪੈਨਰ ਠੀਕ ਹੈ देयर ਸਾਈਜ਼ ਇਸ ਟੇਕਨ ਫਰੋਮ ਦ ਡਿਸਟੈਂਸ ਬੀਟਵੀਨ देयर ਜਾਸ ਸੋ ਜਿਹੜਾ ਇਸ ਸਪੈਨਰ ਦਾ ਸਾਈਜ਼ ਹੋਏਗਾ ਆ ਦੋਨੋ ਜਾਸ ਦੇ ਵਿਚਲਾ ਡਿਫਰੈਂਸ ਠੀਕ ਹੈ ਉਹ ਸਾਈਜ਼ ਅਕੋਰਡਿੰਗ ਇਹਨਾਂ ਨੂੰ ਕਲਾਸੀਫਾਈ ਕੀਤਾ ਜਾਂਦਾ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਦਾ ਡਿਫਰੈਂਸ ਉਹ ਇਹਨਾਂ ਦਾ ਸਾਈਜ਼ ਹੋਏਗਾ ਠੀਕ ਹੈ ਦਸ ਦੀ ਸਿਲੈਕਸ਼ਨ ਆਫ ਅ ਸਪੈਨਰ ਇਸ ਮੇਡ ਅਕੋਰਡਿੰਗ ਟੂ ਦ ਡਿਸਟੈਂਸ ਬੀਟਵੀਨ ਦ ਆਪੋਜ਼ਿਟ ਸਾਈਡ ਆਫ ਨਟ অর ਬੋਲਟ ਸੋ ਅਗਰ 18 ਸਾਈਜ਼ ਦਾ ਨਟ ਹੈਗਾ ਆ ਤੇ ਆਪਾਂ 18 ਸਾਈਜ਼ ਦਾ ਸਪੈਨਰ ਯੂਜ਼ ਕਰਾਂਗੇ ਉਹ ਡਿਸਟੈਂਸ ਕਿਹੜਾ ਹੋਏਗਾ ਆ ਦੋਨੋਂ ਜਾਸ ਦੇ ਵਿਚਲਾ ਡਿਫਰੈਂਸ ਠੀਕ ਹੈ ਜੀ ਇਹ ਹੋ ਗਿਆ ਜੀ ਤੁਹਾਡਾ ਓਪਨ ਐਂਡ ਸਪੈਨਰ ਨੈਕਸਟ ਆ ਗਿਆ ਤੁਹਾਡਾ ਕੰਬੀਨੇਸ਼ਨ ਸਪੈਨਰ ਇਹ ਹੈਗਾ ਤੁਹਾਡਾ ਕੰਬੀਨੇਸ਼ਨ ਸਪੈਨਰ ਜਿਹਦੇ ਇੱਕ ਸਾਈਡ ਤੇ ਓਪਨ ਐਂਡ ਸਪੈਨਰ ਹੋਵੇ ਤੇ ਦੂਸਰੀ ਸਾਈਡ ਤੇ ਰਿੰਗ ਸਪੈਨਰ ਹੋਵੇ ਠੀਕ ਹੈ ਅਗਰ ਦੋਨੋਂ ਸਾਈਡਾਂ ਤੇ ਗੋਲ ਹੈਗਾ ਆ ਇਸ ਤਰ੍ਹਾਂ ਜਿਸ ਤਰ੍ਹਾਂ ਆ ਹੈਗਾ ਇਹ ਤੁਹਾਡਾ ਰਿੰਗ ਸਪੈਨਰ ਆ ਇਹ ਸਾਈਡ ਤੇ ਵੀ ਅਗਰ ਮਾਉਥ ক্লোਜ਼ ਹੋਵੇ ਜਾਸ ਦਾ ਮਾਉਥ ক্লোਜ਼ ਹੋਵੇ ਉਹ ਹੋ ਗਿਆ ਤੁਹਾਡਾ ਰਿੰਗ ਸਪੈਨਰ ਜਿਹੜਾ ਆਹ ਤੁਹਾਨੂੰ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਇਹ ਹੈਗਾ ਬੇਟਾ ਤੁਹਾਡਾ ਕੰਬੀਨੇਸ਼ਨ ਸਪੈਨਰ ਠੀਕ ਹੈ ਦਿਸ ਇਜ਼ ਯੂਅਰ ਕੰਬੀਨੇਸ਼ਨ ਸਪੈਨਰ ਜਿਹਦੇ ਇੱਕ ਸਾਈਡ ਤੇ ਓਪਨ ਐਂਡ ਆ ਦੂਸਰੀ ਸਾਈਡ ਤੇ ਰਿੰਗ ਆ ਠੀਕ ਹੈ ਦਿਸ ਇਜ਼ ਯੂਅਰ ਕੰਬੀਨੇਸ਼ਨ ਸਪੈਨਰ ਆ ਆ ਗਿਆ ਜੀ ਬੇਟਾ ਤੁਹਾਡਾ ਰਿੰਗ ਸਪੈਨਰ

ਹੁਣ ਆਨੇ ਆ ਇਸ ਤੋਂ ਇਲਾਵਾ ਕੁਝ ਐਡਵਾਂਸ ਕੈਟਾਗਰੀਜ਼ ਨੇ ਉਹ ਕਿਹੜੀਆਂ ਨੈਕਸਟ ਆ ਗਿਆ ਬੇਟਾ ਹੁਣ ਸੌਕਟ ਸਪੈਨਰ ਠੀਕ ਹੈ ਦੇਖਿਆ ਹੋਣਾ ਹੈ ਅਗਰ ਆਪਾਂ ਆਪਣੇ ਵਹੀਕਲ ਦੇ ਟਾਇਰਸ ਕਾਰ ਦੇ ਟਾਇਰਸ ਖੋਲਣੇ ਹੋਣ ਤੇ ਇਹੀ ਸਪੈਨਰ ਯੂਜ਼ ਹੁੰਦਾ ਹੈ ਠੀਕ ਹੈ ਸੋ ਇਹ ਹੋ ਗਿਆ ਤੁਹਾਡਾ ਅ ਸੌਕਟ ਸਪੈਨਰ ਠੀਕ ਹੈ ਸੌਕਟ ਦੀ ਤਰ੍ਹਾਂ ਹੁੰਦਾ ਹੈ ਸੋ ਥਿਸ ਇਜ਼ ਯੋਰ ਸੌਕਟ ਸਪੈਨਰ ਠੀਕ ਹੈ ਜੀ ਸੋ ਇਹ ਹੋ ਗਿਆ ਤੁਹਾਡਾ ਸੌਕਟ ਸਪੈਨਰ ਠੀਕ ਹੈ ਇਹਦੀ ਕੈਟਾਗਰੀ ਕੁਛ ਅਲੱਗ ਆ ਜਿੱਥੇ ਆਪਾਂ ਨਾਰਮਲ ਸਪੈਨਰ ਨਹੀਂ ਯੂਜ਼ ਕਰਦੇ ਉੱਥੇ ਆਪਾਂ ਸੌਕਟ ਸਪੈਨਰ ਯੂਜ਼ ਕਰਦੇ ਆ ਕਲੀਅਰ ਹੋ ਗਿਆ ਨੈਕਸਟ ਆ ਗਿਆ ਬੇਟਾ ਬਾਕਸ ਸਪੈਨਰ ਠੀਕ ਹੈ ਇਹ ਤੁਹਾਡੇ ਵਹੀਕਲ ਦੇ ਫੋਰ ਐਗਜ਼ਾਮਪਲ ਆਪਾਂ ਬਾਈਕ ਲਈ ਆ ਵਾਈਕ ਦੇ ਵਿੱਚ ਇੱਕ ਕਿੱਟ ਹੁੰਦੀ ਆ ਉਹਦੇ ਵਿੱਚ ਬਾਕਸ ਸਪੈਨਰ ਹੁੰਦਾ ਆ ਠੀਕ ਹੈ ਇਹਨੂੰ ਆਪਾਂ ਨਟ ਦੇ ਉੱਪਰ ਲਗਾ ਦੇਣਾ ਤੇ ਆ ਜਿਹੜੇ ਹੋਲਸ ਹੈਗੇ ਇੱਥੇ ਆਪਾਂ ਫਿਕਸ ਕਰ ਦੇਣੀ ਆ ਟੋਮੀ ਬਾਰ ਟੋਮੀ ਬਾਰ ਕਹਿੰਦੇ ਆ ਉਸ ਰੋਡ ਨੂੰ ਜਿਹਦੇ ਨਾਲ ਆਪਾਂ ਇਹਨੂੰ ਕਮਾਣਾ ਹੈ ਵਿੱਚ ਇੱਕ ਡੰਡੀ ਪਾ ਕੇ ਇਹਨੂੰ ਜਦੋਂ ਕਮਾਣਾ ਆ ਉਹਨੂੰ ਕਹਿੰਦੇ ਆ ਟੋਮੀ ਬਾਰ ਠੀਕ ਆ ਉਸ ਰੋਡ ਨੂੰ ਕਹਿੰਦੇ ਆ ਟੋਮੀ ਬਾਰ ਯਾਦ ਰੱਖਣਾ ਸੋ ਆਪਾਂ ਇਹਨੂੰ ਨਟ ਦੇ ਵਿੱਚ ਲਗਾ ਦੇਣਾ ਹੈ ਤੇ ਆ ਜਿਹੜੀਆਂ ਸਾਨੂੰ ਹੋਲਸ ਦਿੱਤੇ ਹੋਏ ਆ ਇਹਦੇ ਵਿੱਚ ਆਪਾਂ ਕੀ ਇਨਸਰਟ ਕਰਨੀ ਆ ਰੋਡ ਜਿਹਨੂੰ ਟੋਮੀ ਬਾਰ ਕਹਿੰਦੇ ਆ ਤੇ ਉਹਦੇ ਨਾਲ ਆਪਾਂ ਨਟ ਨੂੰ ਲੂਜ਼ ਜਾਂ ਟਾਈਟ ਕਰ ਦੇਣਾ ਠੀਕ ਹੈ ਜੀ ਨੈਕਸਟ ਹੋ ਗਿਆ ਤੁਹਾਡਾ ਕੰਬੀਨੇਸ਼ਨ ਸਪੈਨਰ ਆਲਰੇਡੀ ਆਪਾਂ ਕਰ ਚੁੱਕੇ ਹਾਂ ਨੈਕਸਟ ਹੋ ਗਿਆ ਬੇਟਾ ਤੁਹਾਡਾ ਹੁੱਕ ਸਪੈਨਰ ਠੀਕ ਹੈ ਹੁੱਕ ਸਪੈਨਰ ਕਿੱਥੇ ਕੰਮ ਆਉਂਦਾ ਹੈ ਇਹਦੀਆਂ ਕਈ ਐਪਲੀਕੇਸ਼ਨਸ ਹੈਗੀਆਂ ðiis spanners are made of those nuts which ownut have holes on their periphery these are no face on their nuts ਕਈ ਸਪੈਸ਼ਲ ਨਟਸ ਹੁੰਦੇ ਆ ਜਿਹਦੇ ਸਾਈਡਸ 'ਤੇ ਜਿਹਦੇ ਹੈਡ ਦੇ ਵਿੱਚ ਹੋਲਸ ਹੁੰਦੇ ਨੇ ਸੋ ਉਹ ਹੋਲਸ ਦੇ ਵਿੱਚ ਆਪਾਂ ਹਾਂ ਇਨਸਰਟ ਕਰ ਦੇਣਾ ਤੇ ਉਹਦੇ ਨਾਲ ਉਹ ਨਟ ਜਿਹੜਾ ਆ ਜਾਂ ਬੋਲਟ ਹੈਗਾ ਇਹ ਲੂਸ ਜਾਂ ਟਾਈਟ ਹੁੰਦਾ ਹੈ ਨੈਕਸਟ ਆ ਗਿਆ ਬੇਟਾ ਅਡਜਸਟੇਬਲ ਸਪੈਨਰ ਜਿਹਨੂੰ ਆਪਾਂ ਰੈਂਚ ਵੀ ਕਹਿੰਦੇ ਆ ਸਾਰਿਆਂ ਨੇ ਦੇਖਿਆ ਹੋਵੇਗਾ ਇਹਦੇ ਜਾਜ਼ ਮੂਵਿੰਗ ਹੁੰਦੇ ਆ ਨੈਕਸਟ ਆ ਗਿਆ ਟੀ ਸੌકેટ ਸਪੈਨਰ ਠੀਕ ਹੈ ਇਹ ਵੀ ਸਾਰਿਆਂ ਨੇ ਦੇਖਿਆ ਹੋਇਆ ਹੈ ਸਿੰਪਲ ਐਪਲੀਕੇਸ਼ਨ ਆ ਮੋਸਟਲੀ ਆਟੋਮੋਬਾਈਲ ਵਹੀਕਲਸ ਦੇ ਵਿੱਚ ਆਪਾਂ ਇਹ ਯੂਜ਼ ਕਰਦੇ ਆ ਹਾਂਜੀ ਨੈਕਸਟ ਆ ਗਿਆ ਮੈਗਨੇਟੋ ਸਪੈਨਰ ਮੈਗਨੇਟੋ ਸਪੈਨਰ ਦਾ ਮਤਲਬ ਹੁੰਦਾ ਆ ਕਿ ਡਿਫਰੈਂਟ ਸਾਈਜ਼ ਠੀਕ ਹੈ ਬੇਸਿਕਲੀ ਛੋਟੀਆਂ ਚਾਬੀਆਂ ਹੁੰਦੀਆਂ ਸਮਾਲ ਸਾਈਜ਼ ਦੀਆਂ ਡਿਫਰੈਂਟ ਡਿਫਰੈਂਟ ਇੱਕੋ ਹੀ ਕੰਬੀਨੇਸ਼ਨ ਦੇ ਵਿੱਚ ਡਿਫਰੈਂਟ ਡਿਫਰੈਂਟ ਚਾਬੀਆਂ ਹੁੰਦੀਆਂ ਸਪੋਰਟ ਸਮਾਲ ਐਂਡ ਨਟਸ ਐਂਡ ਬੋਲਟਸ ਦੇ ਲਈ ਹਾਂਜੀ ਤੇ ਨੈਕਸਟ ਆ ਗਿਆ ਐਲਨ ਕੀ ਐਲਨ ਕੀ ਵੀ ਇੱਕ ਸਪੈਨਰ ਜੀ ਟਾਈਪ ਆ ਠੀਕ ਹੈ ਥਿਸ ਇ ਯੂਅਰ ਐਲਨ ਕੀ ਠੀਕ ਹੈ ਕਈ ਜਗ੍ਹਾ ਤੇ ਨਟ ਬੋਲਟ ਜਿਹੜੇ ਹੈਗੇ ਆ ਉਹ ਆਊਟਸਾਈਡ ਨਹੀਂ ਹੁੰਦੇ ਫੋਰ ਈਗਜ਼ਾਮਪਲ ਵਹੀਕਲ ਦੇ ਵਿੱਚ ਕਈ ਜਗ੍ਹਾ ਤੇ ਆਪਾਂ ਨੂੰ ਐਲਨ ਕੀ ਯੂਜ਼ ਕਰਨੀ ਪੈਂਦੀ ਫੋਰ ਏਗਜ਼ਾਮਪਲ ਅਗਰ ਆਪਣਾ ਬਾਈਕ ਆ ਉਹਦਾ ਕਾਰਬੂਰੇਟਰ ਆ ਉਹਨੂੰ ਲੂਜ਼ ਜਾਂ ਟਾਈਟ ਕਰਨ ਦੇ ਲਈ ਆਪਾਂ ਸਪੈਨਰ ਦੂਸਰਾ ਨਾਰਮਲ ਸਪੈਨਰ ਨਹੀਂ ਯੂਜ਼ ਕਰ ਸਕਦੇ ਉਹਦੇ ਲਈ ਸਾਨੂੰ ਐਲਨ ਕੀ ਚਾਹੀਦੀ ਆ ਠੀਕ ਆ ਕਿਉਂ ਕਿਉਂਕਿ ਉਹ ਬੋਲਟ ਜਿਹੜਾ ਆ ਅੰਦਰ ਹੁੰਦਾ ਸੋ ਉਹਦੇ ਲਈ ਆਪਾਂ ਐਲਨ ਕੀ ਯੂਜ਼ ਕਰਦੇ ਆ ਇਹ ਵੀ ਇੱਕ ਸਪੈਨਰ ਦੀ ਟਾਈਪ ਆ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਨੈਕਸਟ ਪਿੰਨ ਫੇਸ ਅਡਜਸਟੇਬਲ ਸਪੈਨਰ ਇਹਦੀਆਂ ਵੀ ਡਿਫਰੈਂਟ ਟਾਈਪਸ ਹੈਗੀਆਂ ਰਿਵਟ ਦੀ ਜਗ੍ਹਾ ਯੂਜ਼ ਹੁੰਦਾ ਹੈ ਰਿਵਟ ਨੂੰ ਰਿਮੂਵ ਕਰਨ ਦੇ ਲਈ ਠੀਕ ਹੈ ਜੀ ਕਲੀਅਰ ਸੋ ਇਹ ਸੀਗਾ ਬੇਟਾ ਤੁਹਾਡਾ ਅ ਡਿਫਰੈਂਟ ਟਾਈਪ ਦੀ ਇਹ ਸਪੈਨਰਸ ਹਾਂਜੀ ਹੁਣ ਅਗਰ ਆਪਾਂ ਗੱਲ ਕਰੀਏ ਸਪੈਨਰਸ ਦੇ ਨੋਮਨਕਲੇਚਰ ਦੀ ਸੋ ਸਭ ਤੋਂ ਪਹਿਲੇ ਨੰਬਰ ਤੇ ਆ ਹੈਗਾ ਤੁਹਾਡਾ ਹੈੱਡ ਠੀਕ ਹੈ ਜਿਹੜੇ ਜਿਹਦੇ ਵਿੱਚ ਆਪਣੇ ਜੋਜ਼ ਹੈਗੇ ਤੁਹਾਡਾ ਹੈੱਡ ਹੋ ਗਿਆ ਦਿਸ ਇਜ਼ ਪ੍ਰੋਫਾਈਲ ਔਰ ਇਹਨੂੰ ਜੌਜ਼ ਵੀ ਕਹਿੰਦੇ ਆ ਇਹਦੇ ਵਿੱਚਲਾ ਡਿਸਟੈਂਸ ਜਿਹੜਾ ਨਟ ਬੋਲਡ ਦਾ ਹੁੰਦਾ ਆ ਦਿਸ ਇਜ਼ ਯੂਅਰ ਸ਼ਾਫਟ ਔਰ ਸ਼ੈਂਕ ਜਿਹੜੀ ਸੈਂਟਰ ਵਾਲੀ ਬੋਡੀ ਜਿਹਦੇ ਉੱਪਰ ਨੰਬਰਿੰਗ ਕੀਤੀ ਹੁੰਦੀ ਆ ਇਹ ਹੁੰਦੀ ਤੁਹਾਡੀ ਸ਼ਾਫਟ ਦਿਸ ਇਜ਼ ਹੈੱਡ ਐਂਡ ਦਿਸ ਇਜ਼ ਪ੍ਰੋਫਾਈਲ ਠੀਕ ਆ ਜੋ ਇਨਸਾਈਡ ਪਾਰਟ ਹੈਗਾ ਉਹ ਹੁੰਦਾ ਪ੍ਰੋਫਾਈਲ ਤੇ ਇੱਕ ਹੋਰ ਚੀਜ਼ ਯਾਦ ਰੱਖਣੀ ਆ ਜਿਹੜਾ ਸਪੈਨਰ ਹੁੰਦਾ ਆ 15 ਡਿਗਰੀ ਐਂਗਲ ਤੇ ਟਿਲਟ ਹੁੰਦਾ ਆ ਇੱਕ ਸਾਈਡ ਤੋਂ ਹਾਂਜੀ ਸੋ ਤੁਸੀਂ ਧਿਆਨ ਨਾਲ ਦੇਖੋਗੇ ਜੇ ਇਹ ਹਾ ਸਪੈਨਰ ਇਥੇ ਓਪਨ ਐਂਡ ਸਪੈਨਰ ਹੈ ਓਪਨੈਂਟ ਠੀਕ ਹੈ ਦੋਨੋਂ ਸਾਈਡਾਂ ਤੇ ਓਪਨ ਆ ਸੋ ਇਹ ਓਪਨੈਂਟ ਸਪੈਨਰ ਹੋ ਗਿਆ ਜਿਹੜਾ ਜੋਜ਼ ਹੈਗੇ ਆ ਉਹ ਇੱਕ ਪਰਟੀਕੂਲਰ ਐਂਗਲ ਤੇ ਇਨਕਲਾਈਂਡ ਆ ਠੀਕ ਹੈ ਇੱਕ ਪਰਟੀਕੂਲਰ ਐਂਗਲ ਤੇ ਇਨਕਲਾਈਂਡ ਆ ਇਹ ਜਿਹੜਾ ਐਂਗਲ ਹੈਗਾ ਬੇਟਾ 15 ਡਿਗਰੀ ਹੁੰਦਾ ਹੈ ਇਸ ਪੁਆਇੰਟ ਤੋਂ ਇਸ ਪੁਆਇੰਟ ਦਾ ਜਿਹੜਾ ਫਰਕ ਹੈਗਾ 15 ਡਿਗਰੀ ਹੁੰਦਾ ਹੈ ਸਾਰੇ ਸਪੈਨਰਸ ਦੇ ਸੋ ਇਹ ਚੀਜ਼ ਯਾਦ ਰੱਖਣੀ ਹੈ ਸੋ ਇਹ ਸੀਗਾ ਬੇਟਾ ਤੁਹਾਡਾ ਟਾਪਿਕ ਸਪੈਨਰ ਠੀਕ ਹੈ ਹੁਣ ਜਿਹੜਾ ਸਾਡਾ ਨੈਕਸਟ ਟਾਪਿਕ ਹੈਗਾ दैट इज ਹੈਮਰ ਹਾਂਜੀ ਹੈਮਰ ਸਾਰਿਆਂ ਨੇ ਬੇੜਾ ਦੇਖੇ ਹੋਏ ਆ ਹੈਮਰ ਹੈਗਾ ਇੱਕ ਸਟ੍ਰਾਈਕਿੰਗ ਟੂਲ ਠੀਕ ਆ ਜਿਸ ਤਰ੍ਹਾਂ ਪਲਾਇਰ ਇੱਕ ਕਲੈਂਪਿੰਗ ਟੂਲ ਆ ਹੋਲਡਿੰਗ ਟੂਲ ਆ ਇਸ ਤਰ੍ਹਾਂ ਜਿਹੜਾ ਹੈਮਰ ਹੈਗਾ ਇੱਕ ਸਟ੍ਰਾਈਕਿੰਗ ਟੂਲ ਆ ਜਿਹਦੇ ਨਾਲ ਸਟ੍ਰਾਈਕ ਕਰਕੇ ਆਪਾਂ ਡਿਫਰੈਂਟ ਡਿਫਰੈਂਟ ਜੌਬਸ ਨੂੰ ਮੋਲਡ ਕਰ ਸਕਦੇ ਆ ਨੀਲਸ ਨੂੰ ਨੀਲਸ ਲਗਾ ਸਕਦੇ ਕਿਸੇ ਜਗ੍ਹਾ ਤੇ ਠੀਕ ਆ ਜੌਬਸ ਨੂੰ ਬੈਂਡ ਕਰ ਸਕਦੇ ਆ ਜੌਬਸ ਨੂੰ ਸਟ੍ਰੇਟ ਕਰ ਸਕਦੇ ਆ ਠੀਕ ਹੈ ਸੋ ਹੈਮਰਸ ਦੀਆਂ ਕਈ ਡਿਫਰੈਂਟ ਟਾਈਪਸ ਹੈਗੀਆਂ ਅਗਰ ਆਪਾਂ ਨੋਰਮਲ ਲਾਈਫ ਦੇ ਵਿੱਚ ਗੱਲ ਕਰੀਏ ਤਾਂ ਆਪਾਂ 10-15 ਤਰ੍ਹਾਂ ਦੇ ਹੈਮਰ ਦੇਖਦੇ ਹਾਂ ਠੀਕ ਹੈ ਵੈਸੇ ਕੋਈ ਲਿਮਟਿਡ ਟਾਈਪਸ ਨਹੀਂ ਹੈਗੀਆਂ 40-50 ਟਾਈਪਸ ਹੈਗੀਆਂ ਮਾਰਕੀਟ ਦੇ ਵਿੱਚ ਹੈਮਰ ਦੀਆਂ ਲੇਕਿਨ ਆਪਾਂ ਕੁਝ ਮੇਨ-ਮੇਨ ਟਾਈਪਸ ਹੀ ਕਰਨੀਆਂ ਹੈ ਹੈਮਰ ਦੀਆਂ ਸੋ ਸਟਾਰਟ ਕਰਦੇ ਹਾਂ ਹੈਮਰ ਬਾਰੇ ਹਾਂਜੀ ਟਾਈਪਸ ਆਫ ਹੈਮਰ ਹੁਣ ਕਈ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਟਾਈਪਸ ਹੈਮਰ ਹੈਗੇ ਆ ਠੀਕ ਹੈ ਜਿਹੜੇ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਆ ਸੋ ਫਰਸਟ ਹੈਗਾ ਬਾਲ ਪਿੰਨ ਹੈਮਰ ਸਲੇਜ ਹੈਮਰ ਕਲਾਉ ਹੈਮਰ ਕਲਬ ਹੈਮਰ ਇਹ ਆਪਾਂ ਹੁਣ ਇੱਕ ਇੱਕ ਕਰਕੇ ਅ ਸਟੱਡੀ ਕਰਦੇ ਹਾਂ ਹਾਂਜੀ ਹੁਣ ਸਭ ਤੋਂ ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਦੇਖਣਾ ਹੈ ਬੇਟਾ ਇਸ ਹੈਮਰ ਦਾ ਨੋਮਨਕਲੇਚਰ ਠੀਕ ਹੈ ਆ ਹੁੰਦਾ ਹੈ ਤੁਹਾਡਾ ਹੈਂਡਲ ਠੀਕ ਹੈ ਹੈਂਡਲ ਦੇ ਉੱਪਰ ਲੱਗੀ ਹੁੰਦੀ ਹੈ ਗ੍ਰਿਪ ਗ੍ਰਿਪ ਕਈ ਹੈਮਰਸ ਦੇ ਵਿੱਚ ਆਂਦੀ ਆ ਅਗਰ ਇਹ ਜਿਹੜਾ ਤੁਹਾਡਾ ਹੈਂਡਲ ਆ ਕਈ ਵਾਰ वुਡ ਦਾ ਹੁੰਦਾ ਹੈ ਮੋਸਟਲੀ ਆਪਾਂ वुਡ ਵਾਲਾ ਯੂਜ਼ ਕਰਦੇ ਆ ਇਹਦੇ ਵਿੱਚ ਸਟੀਲ ਦਾ ਆ ਠੀਕ ਆ ਜੇ ਸਟੀਲ ਦਾ ਹੋਏਗਾ ਹੈਂਡਲ ਤਾਂ ਉੱਪਰ ਗ੍ਰਿਪ ਲੱਗੀ ਹੋਏਗੀ ਰਬੜ ਦੀ ਨਹੀਂ ਤਾਂ ਵੈਸੇ ਇਹ ਨਾਰਮਲੀ वुਡ ਦਾ ਹੁੰਦਾ ਹੈ ਠੀਕ ਹੈ ਆ ਦਿਸ ਇਜ਼ ਫੇਸ ਜਿਹੜੀ ਚੀਜ਼ ਸਟ੍ਰਾਈਕ ਹੋਣੀ ਆ ਕਿਸੇ ਹੋਰ ਚੀਜ਼ ਦੇ ਉੱਪਰ ਫੋਰ ਐਗਜ਼ਾਮਪਲ ਆਪਾਂ ਇੱਕ ਕੇਲਾ ਉਹਨੂੰ ਕੰਦ ਚ ਲਗਾਣਾ ਆ ਕੇਲੇ ਦੇ ਹੈਡ ਉੱਪਰ ਜਿਹੜੀ ਚੀਜ਼ ਵੱਜਦੀ ਆ ਜਾ ਕੇ ਉਹਨੂੰ ਕਹਿੰਦੇ ਆ ਫੇਸ ਉਸ ਹੈਮਰ ਦਾ ਫੇਸ ਠੀਕ ਹੈ ਆ ਹੋ ਗਿਆ ਹੈਡ ਪੂਰਾ ਹੈਮਰ ਦਾ ਠੀਕ ਹੈ ਇਹ ਹੈਗੀ ਆ ਨੇਲ ਪਿੰਨ ਹੈਮਰ ਸੋ ਇਹ ਪੀਨ ਹੋ ਗਈ ਉਹਦੀ ਦਿਸ ਇਜ਼ ਆਈ ਠੀਕ ਹੈ ਜਿੱਥੇ ਬੋਡੀ ਹੈਡ ਦੇ ਨਾਲ ਜਾ ਕੇ ਮਿਲਦੀ ਆ ਇਸ ਚੀਜ਼ ਨੂੰ ਕਹਿੰਦੇ ਆ ਆਈ ਹਾਂਜੀ ਸੋ ਸਭ ਤੋਂ ਜਿਹੜਾ ਮਸ਼ਹੂਰ ਹੈਮਰ ਹੈਗਾ ਬੇਟਾ ਉਹ ਹੈਗਾ ਜੀ ਬਾਲ ਪਿੰਨ ਹੈਮਰ ਠੀਕ ਹੈ ਬਾਲ ਪਿਨ ਹੈਮਰ ਆਪਾਂ ਘਰਾਂ ਦੇ ਵਿੱਚ ਵੀ ਯੂਜ਼ ਕਰਦੇ ਆ ਥੀਸ ਟਾਈਪ ਆਫ ਹੈਮਰ ਆਰ ਮੋਸਟਲੀ ਵਾਈਡਲੀ ਯੂਜ਼ਡ ਇਨ ਦੀ ਵਰਕਸ਼ਾਪ ਔਨ ਵਨ ਐਂਡ ਆਫ ਥਿਸ ਬਾਲ ਪਿਨ ਹੈਮਰ ਏ ਪਲੇਨ ਫੇਸ ਇਜ਼ ਮੇਡ ਐਂਡ ਔਨ ਦੀ ਅਦਰ ਹੈਂਡ ਏ ਪੇਨ ਆਫ 3 ਬਾਈ 4 ਲਾਈਕ ਏ ਰਾਉਂਡ ਬਾਲ ਇਜ਼ ਮੇਡ ਸੋ ਇਹ ਹੈਗਾ ਸਭ ਤੋਂ ਨਾਰਮਲ ਜਿਹੜਾ ਆਪਾਂ ਹੈਮਰ ਯੂਜ਼ ਕਰਦੇ ਆ ਬਾਲ ਪਿਨ ਹੈਮਰ ਠੀਕ ਹੈ ਇੱਕ ਸਾਈਡ ਤੇ ਸਰਕੂਲਰ ਸ਼ੇਪ ਹੋਏਗੀ ਇੱਕ ਸਾਈਡ ਤੇ ਸੈਮੀ ਸੈਮੀ ਸਰਕੂਲਰ ਸ਼ੇਪ ਹੋਏਗੀ ਠੀਕ ਹੈ ਜੀ ਤੇ ਇਹ ਹੋ ਗਿਆ ਤੁਹਾਡਾ ਬਾਲ ਪੈਨ ਹੁਣ ਬਾਲ ਪੈਨ ਕਿਉਂ ਕਹਿੰਦੇ ਆ ਆ ਜਿਹੜੀ ਸ਼ੇਪ ਆ ਇਸ ਸ਼ੇਪ ਨੂੰ ਆਪਾਂ ਕਹਿੰਦੇ ਆ ਬਾਲ ਪੈਨ ਕਲੀਅਰ ਆ ਹੋ ਗਿਆ ਤੁਹਾਡਾ ਫੇਸ ਥਿਸ ਇਜ਼ ਫੇਸ ਥਿਸ ਇਜ਼ ਬਾਲ ਪੈਨ ਐਂਡ ਸੌਰੀ ਥਿਸ ਇਜ਼ ਬਾਲ ਪੈਨ ਐਂਡ ਥਿਸ ਇਜ਼ ਫੇਸ क्लियर जी इट इज यूज फॉर सेटिंग द रिवर्ट, इट इज़ टू स्ट्राइक ब्लोज ऑन ए मेटल शीट अप अपू सर्टन टू 0.91 केजी सो डिफरेंट डिफरेंट तरह के हैमर आँजी उस तो बाद आ गया जी, एक होर काफी बांपोर्टेंट स्लेज हैमर ठीक है these are mostly used in black smithy ਤੁਸੀਂ ਵਰਕਸ਼ਾਪ ਦੇ ਵਿੱਚ ਸਮਿਥੀ ਸ਼ਾਪ ਦੇ ਵਿੱਚ ਕਿ ਹੁਣੇ ਉੱਥੇ ਆਪਾਂ ਮੋਸਟਲੀ ਸਲੈਜ ਹੈਮਰ ਯੂਜ਼ ਕਰਦੇ ਹਾਂ ਠੀਕ ਹੈ ਜੀ this is sledge hammer this is used for straightening round rods iron bars and angle iron chain iron and flat iron ਕਿਸੇ ਚੀਜ਼ ਨੂੰ ਸ਼ੇਪ ਦੇ ਵਿੱਚ ਲਿਆਉਣ ਲਈ ਆਪਾਂ ਮੋਸਟਲੀ ਸਲੈਜ ਹੈਮਰ ਦਾ ਯੂਜ਼ ਕਰਦੇ ਹਾਂ ਸੋ ਅਗਰ ਹੈਮਰ ਦਾ ਕੁਐਸਚਨ ਆ ਜਾਂਦਾ ਬੇਟਾ ਸਭ ਤੋਂ ਪਹਿਲਾਂ ਹੈਮਰ ਦੀ ਡੈਫੀਨੇਸ਼ਨ ਕਿਹੜੇ ਮਟੀਰੀਅਲ ਦਾ ਬਣਿਆ ਹੁੰਦਾ ਠੀਕ ਹੈ ਜਿਹੜਾ ਹੈਮਰ ਆ ਬੇਟਾ ਮੋਸਟਲੀ ਫੋਰਜਡ ਆਇਰਨ ਦਾ ਬਣਿਆ ਹੁੰਦਾ ਹੈ ਫੋਰਜਡ ਆਇਰਨ ਮਟੀਰੀਅਲ ਯੂਜ਼ ਕਰਦੇ ਆ ਠੀਕ ਆ ਉਸ ਤੋਂ ਬਾਅਦ ਤੁਸੀਂ ਡਾਇਗਰਾਮ ਬਣਾ ਦੇਣੀ ਆ ਹੈਮਰ ਦੀ ਜਿਹਦੇ ਵਿੱਚ ਪਾਰਟਸ ਐਕਸਪਲੇਨ ਹੋਣ ਜਿਸ ਤਰ੍ਹਾਂ ਆ ਬਾਡੀ ਹੋ ਗਈ ਫੇਸ ਹੋ ਗਿਆ ਆਈ ਹੋ ਗਈ ਹੈਡ ਹੋ ਗਿਆ ਠੀਕ ਹੈ ਸੋ ਉਹ ਡਾਇਗਰਾਮ ਬਣਾ ਦੇਣੀ ਆ ਉਸ ਤੋਂ ਬਾਅਦ ਤੁਸੀਂ ਐਕਸਪਲੇਨ ਕਰਨਾ ਹੈ ਸਭ ਤੋਂ ਪਹਿਲਾਂ ਬੋਲ ਪਿੰਨ ਹੈਮਰ ਸਲੇਜ ਹੈਮਰ ਠੀਕ ਆ ਥਰਡ ਜਿਹੜੀ ਇੰਪੋਰਟੈਂਟ ਟਾਈਪ ਹੈਗੀ ਉਹ ਕਲਾਅ ਹੈਮਰ ਠੀਕ ਹੈ ਇਹਨੂੰ ਕਲਾਅ ਕਿ ਕਹਿੰਦੇ ਆ ਕਿਉਂਕਿ ਕਲੌ ਹੁੰਦਾ ਆ ਜਿਸ ਤਰ੍ਹਾਂ ਆਪਣਾ ਕੋਈ ਬਰਡ ਹੈਗਾ ਉਹਦੇ ਪੈਰਾਂ ਦੇ ਪੰਜੇ ਉਹ ਸੀ ਨੂੰ ਕਲੌ ਕਹਿੰਦੇ ਆ ਠੀਕ ਹੈ ਸੋ ਜਿਹੜਾ ਇਹਦਾ ਇੱਕ ਸਾਈਡ ਹੈਗੀ ਆ ਇਹ ਕਲੌ ਦੀ ਤਰ੍ਹਾਂ ਆ ਜਾਨੀ ਕਿਸੇ ਪੰਛੀ ਦੇ ਬਰਡ ਦੇ ਪੰਜੇ ਦੀ ਤਰ੍ਹਾਂ ਹੁੰਦੀ ਆ ਸੋ ਇਸ ਕਰਕੇ ਇਹਨੂੰ ਕਲੌ ਹੈਮਰ ਕਹਿੰਦੇ ਆ ਬੇਸਿਕਲੀ ਇਹ ਕਲੌ ਕਿਸ ਕੰਮ ਆਉਂਦੀ ਆ ਇਹ ਕੰਮ ਆਉਂਦੀ ਆ ਨੇਲਸ ਨੂੰ ਰਿਮੂਵ ਕਰਨ ਦੇ ਲਈ ਨੇਲਸ ਨੂੰ ਪਟਣ ਦੇ ਲਈ ਠੀਕ ਆ ਦੂਸਰੀ ਸਾਈਡ ਹੋ ਗਈ ਫੇਸ These are special type of hammers on one end of the hammer a round face is made and on the other hand its pain is inclined towards the handle in its center a slot is cut with, who, with whose help nail etc can be easily extracted out hai? E nails move currently come on da. next beta club hammer hai. E di bhi different different types of sludge hammer now, thoda hai, different hai ਅੱਗੇ ਆ ਗਿਆ ਜੀ ਡੈੱਡ ਬਲੋ ਹੈਮਰ ਠੀਕ ਹੈ ਇਹਦੀਆਂ ਵੀ ਕਈ ਐਪਲੀਕੇਸ਼ਨਸ ਹੈਗੀਆਂ ਬਟ ਆਪਾਂ ਇਹ ਸਾਰੇ ਇੰਨੇ ਡਿਟੇਲ ਦੇ ਵਿੱਚ ਨਹੀਂ ਕਰਨੇ ਠੀਕ ਹੈ ਟੈਗ ਹੈਮਰ ਇਟ ਇਜ਼ आल्सो यूज्ड ਟੂ ਪੋਸਟਰੀ ਹੈਮਰਸ ਠੀਕ ਹੈ ਇਹ ਕੰਮ ਆਉਂਦਾ ਹੈ ਲੈਦਰ ਇੰਡਸਟਰੀ ਦੇ ਵਿੱਚ ਲੈਦਰ ਦੇ ਉੱਪਰ ਬਰੀਕ ਬਰੀਕ ਸੱਟ ਮਾਰਨ ਦੇ ਲਈ ਹਲਕੀ ਸੱਟ ਮਾਰਨ ਦੇ ਲਈ ਇਹ ਕੰਮ ਹੁੰਦਾ ਹੈ ਅੱਗੇ ਆ ਗਿਆ ਰਬਰ ਮੈਟਲ ਠੀਕ ਹੈ ਜਿਹੜਾ ਇਹਦਾ ਹੈੱਡ ਹੋਏਗਾ ਮਟੀਰੀਅਲ ਹੋਏਗਾ ਉਹ ਰਬੜ ਦਾ ਹੋਏਗਾ ਠੀਕ ਹੈ ਸੋ ਇਹ ਹੋ ਗਿਆ ਤੁਹਾਡਾ ਰਬੜ ਮੈਲਟ ਇਹਨੂੰ ਮੈਲਟ ਹਾਂਜੀ ਅੱਗੇ ਆ ਗਿਆ ਇੱਕ ਕ੍ਰਾਸ ਪੀਨ ਹੈਮਰ ਠੀਕ ਹੈ ਇੱਕ ਹੁੰਦਾ ਬਾਲ ਪੀਨ ਹੈਮਰ ਪੀਨ ਕਹਿੰਣਾ ਇਹਨੂੰ ਬਾਲ ਪੀਨ ਹੈਮਰ ਜਿਹਦੇ ਵਿੱਚ ਆਹ ਸਾਈਡ ਸਰਕੂਲਰ ਹੁੰਦੀ ਆ ਇਹ ਹੈਗਾ ਬੇਟਾ ਕ੍ਰਾਸ ਪੀਨ ਇਹਦੇ ਵਿੱਚ ਜਿਹੜੀ ਇੱਕ ਫੇਸ ਹੈਗਾ ਇਹ ਕ੍ਰਾਸ ਹੈਗਾ ਇੱਕ ਰੈਕਟੈਂਗਲਰ ਬਣਾ ਟ੍ਰਾਇੰਗਲ ਬਣਾ ਰਿਹਾ ਸੌਰੀ ਠੀਕ ਹੈ ਇਹ ਹੋ ਗਿਆ ਤੁਹਾਡਾ ਕ੍ਰਾਸ ਪੀਨ ਹੈਮਰ ਇਟ ਇਜ਼ ਯੂਸਫੁਲ ਮੇਕਿੰਗ ਚੈਨਲ ਵੀ ਗਰੂਵਸ ਟੂ ਮੇਕ ਇਨਸਾਈਡ ਕੋਰਨਰ ਆਫ ਦੀ ਜੋਰਟ ਠੀਕ ਹੈ ਇੱਥੇ ਜਿੱਥੇ ਕੋਈ ਕਾਰਨਰ ਤੇ ਆਪਾਂ ਛੱਟ ਮਾਰਨੀ ਆ ਸਟ੍ਰਾਈਕਿੰਗ ਕਰਨੀ ਆ ਉੱਥੇ ਆਪਾਂ ਫਿਰ ਕ੍ਰਾਸ ਪੀਨ ਹੈਮਰ ਯੂਜ਼ ਕਰਦੇ ਆ ਉਸ ਤੋਂ ਬਾਅਦ ਆ ਗਿਆ ਕ੍ਰਾਸ ਪੀਨ ਪਿਨ ਹੈਮਰ ਠੀਕ ਹੈ ਜਿਹੜੀ ਪੀਨ ਹੈਗੀ ਆ ਇਹਨੂੰ ਪੀਨ ਕਹਿੰਦੇ ਆ ਇਸ ਪਾਰਟ ਨੂੰ ਉਹ ਬਹੁਤ ਜ਼ਿਆਦਾ ਬਰੀਕ ਹੈਗੀ ਆ ਸੋ ਇਹ ਆ ਗਿਆ ਤੁਹਾਡਾ ਕ੍ਰਾਸ ਪੀਨ ਹੈਮਰ ਹਾਂਜੀ ਠੀਕ ਹੈ ਬੇਟਾ ਸੋ ਇਹ ਸੀਗੀਆਂ ਕੁਝ ਡਿਫਰੈਂਟ ਟਾਈਪਸ ਆਫ ਹੈਮਰ ਸੋ ਅੱਜ ਅਸੀਂ ਬੇਟਾ ਦੋ ਟਾਪਿਕ ਕਰ ਲਏ ਹੈਮਰਸ ਐਂਡ ਸਪੈਨਰ ਐਂਡ ਰੈਂਚਸ ਸੋ ਕਿਸੇ ਵੀ ਸਟੂਡੈਂਟ ਨੂੰ ਕੋਈ ਡਾਊਟ ਹੋਇਆ ਆਪਾਂ ਇੱਕ ਦਿਨ ਜ਼ੂਮ ਦਾ ਲਾਈਵ ਹੋਵਾਂਗੇ ਸੈਸ਼ਨ ਲਗਾਵਾਂਗੇ ਮੋਸਟ ਪ੍ਰੋਬੇਬਲੀ ਫਰਡੇ ਕੱਲ ਤੁਹਾਡੀ ਛੁੱਟੀ ਹੈਗੀ ਆ ਤੇ ਫਰਡੇ ਆਪਾਂ ਲੈਕਚਰ ਲਗਾਵਾਂਗੇ ਜ਼ੂਮ ਤੇ ਲਾਈਵ ਹੋਵਾਂਗੇ ਤਾਂ ਤੁਸੀਂ ਜਿੰਨੇ ਵੀ ਅੱਜ ਤੱਕ ਆਪਾਂ ਟੌਪਿਕ ਕੀਤੇ ਆ ਕਿਸੇ ਦਾ ਕੋਈ ਡਾਊਟ ਹੋਇਆ ਤਾਂ ਇੱਕ ਵਾਰ ਨੋਟ ਡਾਊਨ ਕਰ ਲਿਓ ਤੇ ਆਪਾਂ ਉਸ ਨੂੰ ਕਲੀਅਰ ਕਰ ਲਾਂਗੇ ਓਕੇ ਬੇਟਾ ਥੈਂਕ ਯੂ